ਕੈਲੀਫੋਰਨੀਆ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਅੱਜ 1 ਲੱਖ ਨੂੰ ਪਾਰ ਕਰ ਗਈ ਹੈ। ਇਸੇ ਮਹੀਨੇ 3 ਸਾਲ ਪਹਿਲਾਂ ਪਹਿਲਾ ਕੇਸ ਕੋਵਿਡ-19 ਦਾ ਕੈਲੀਫੋਰਨੀਆ ਚ ਆਇਆ ਸੀ। 3 ਸਾਲਾਂ ਦੇ ਵਿੱਚ 1 ਲੱਖ ਬੰਦਾ ਜਿਹੜਾ ਕਿਸੇ ਨੇ ਸੋਚਿਆ ਵੀ ਨਹੀਂ ਸੀ। ਕਹਿੰਦੇ ਅਨਥਿੰਕੇਬਲ ਲੈਵਲ ਸੀਗਾ ਕਿ ਇੰਨੇ ਲੋਕ ਕਰੋਨਾ ਵਾਇਰਸ ਨਾਲ ਮਾਰੇ ਜਾ ਸਕਦੇ ਆ। ਲਾਸ ਐਂਜਲਸ ਕਾਉਂਟੀ ਦੀ ਪਬਲਿਕ ਹੈਲਥ ਡਾਇਰੈਕਟਰ ਬਾਰबरा ਫੈਰਰ ਨੇ ਦੱਸਿਆ ਹੈ ਦੀ ਸਦਰਨ ਕੈਲੀਫੋਰਨੀਆ ਦੇ ਵਿੱਚ ਲੋਕਾਂ ਦੀ ਗਿਣਤੀ ਆ ਜੋ ਮਰਨ ਵਾਲਿਆਂ ਦੀ ਕਾਫੀ ਜ਼ਿਆਦਾ ਹੋਈ ਹੈਗੀ ਆ ਕੈਲੀਫੋਰਨੀਆ ਮੋਸਟ ਪਪੂਲਰ ਸਟੇਟ ਜਿੱਥੇ ਸਭ ਤੋਂ ਜ਼ਿਆਦਾ ਕੋਵਿਡ 19 ਦੀਆਂ ਮੌਤਾਂ ਹੋਈਆਂ ਟੈਕਸਸ ਫਲੋਰੀਡਾ ਨਿਊਯਾਰਕ ਤੇ ਪੈਂਸਿਲਵੇਨੀਆ ਉਹ ਇਸ ਤੋਂ ਨੈਕਸਟ ਹੈਗੇ ਹੂੰ ਜੀ ਇੱਕ ਹੋਰ ਹਾਲੀਵੁੱਡ ਦਾ ਬਹੁਤ ਚਰਚਿਤ ਤੇ ਬਦਨਾਮ ਸਿੰਗਰ ਅ ਤੇ ਜਿਹੜਾ ਰੈਪ ਕਰਦਾ ਸੀਗਾ ਆਰਟ ਕੈਲੀ ਉਸ ਨੂੰ ਇੱਕ ਹੋਰ ਜਿਹੜੀ ਸਜ਼ਾ ਆ ਸੁਣਾਈ ਗਈ ਹੈ 1 ਸਾਲ ਦੀ ਇਹ ਜਿਹੜੇ ਫੈਡਰਲ ਚਾਈਲਡ ਪੋਰਨੋਗ੍ਰਾਫੀ ਟ੍ਰਾਇਲ ਚੱਲ ਰਿਹਾ ਸੀ ਉਸ ਦੇ ਬਾਬਤ 30 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਆਲਰੇਡੀ ਨਿਊਯਾਰਕ ਦੇ ਵਿੱਚ ਇੱਕ ਹੋਰ ਹੀ ਸੈਕਸ਼ੂਅਲ ਅਸੌਲਟ ਦੇ ਮਾਮਲਿਆਂ ਦੇ ਵਿੱਚ ਇਸ ਦੀ ਚੱਲ ਰਹੀ ਸੀ ਇਹ ਛੋਟੀ ਉਮਰ ਦੀਆਂ ਕੁੜੀਆਂ ਦੇ ਨਾਲ ਵੀ ਇਹ ਬਦਸਲੂਕੀ ਕਰਦਾ ਰਿਹਾ ਹੈ ਪਿਛਲੇ ਸਤੰਬਰ ਦੇ ਵਿੱਚ ਫੈਡਰਲ ਜਿਊਰੀ ਨੇ ਇਸ ਬਦਨਾਮ ਸਿੰਗਰ ਨੂੰ 13 ਦੇ ਵਿੱਚੋਂ 6 ਜਿਹੜੇ ਜੁਰਮਾਂ ਦੇ ਵਿੱਚ ਦੋਸ਼ੀ ਪਾਇਆ ਗਿਆ ਪਾਇਆ ਸੀਗਾ ਤੇ ਫਿਰ ਇਸ ਨੂੰ ਸਜ਼ਾ ਜਿਹੜੀ ਉਹ ਹੋਈ ਸੀ ਉਦੋਂ ਇਹਨੂੰ ਹਰਜੋਤ ਸਿੰਘ ਜੀ 20 ਸਾਲਾਂ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਸੀ ਤੇ ਅੱਜ ਇੱਕ ਹੋਰ ਵੱਖਰੇ ਮਾਮਲੇ ਦੇ ਵਿੱਚ 1 ਸਾਲ ਦੀ ਹੋਰ ਸਜ਼ਾ ਇਸ ਨੂੰ ਸੁਣਾ ਦਿੱਤੀ ਗਈ ਆ ਅਗਲੀ ਖਬਰ ਸੇਫਟੀ ਦੇ ਨਾਲ ਰਿਲੇਟਡ ਆ 2 ਮਿਲੀਅਨ 에ਅਰ ਫਰਾਈਅਰਸ ਜੋ ਆ ਉਹਨਾਂ ਨੂੰ ਰੀਕਾਲ ਕੀਤਾ ਗਿਆ ਆ ਕਿਉਂਕਿ ਅੱਗ ਲੱਗਣ ਦੇ ਤੇ ਬਰਨ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੈਗੇ 2.5 ਲੱਖ ਦੇ ਕਰੀਬ 에ਅਰ ਫਰਾਈਅਰਸ ਕੈਨੇਡਾ ਦੇ ਵਿੱਚ ਵੀ ਰੀਕਾਲ ਕੀਤੇ ਗਏ ਆ ਇੱਕ ਸੋਰੀ 에ਅਰ ਫਰਾਈਅਰਸ ਹੈਗੇ ਆ ਜੋ ਰੀਕਾਲ ਕੀਤੇ ਗਏ ਆ 21000 ਦੇ ਕਰੀਬ ਮੈਕਸੀਕੋ ਦੇ ਵਿੱਚ ਵੀ ਰੀਕਾਲ ਕੀਤੇ ਗਏ ਆ ਕਸੋਰੀ ਦੇ 205 ਦੇ ਕਰੀਬ ਰਿਪੋਰਟਸ ਆਈਆਂ ਸੀ ਜਿਨ੍ਹਾਂ ਦੇ ਵਿੱਚ ਕਿਤੇ ਅੱਗ ਲੱਗ ਗਈ ਕਿਸੇ ਕਈ ਲੋਕਾਂ ਨੂੰ ਵਰਨ ਹੋ ਗਏ ਕਿਤੇ ਮੈਲਟਿੰਗ ਹੋਈ ਆ ਓਵਰ ਹੀਟਿੰਗ ਹੋਈ ਆ স্মੋਕਿੰਗ ਹੋਈ ਆ ਸੋ ਇਹਦੇ ਕਰਕੇ ਰੀਕਾਲ ਕੀਤੇ ਗਏ ਆ 에ਅਰ ਫਰਾਈਅਰਸ ਯੂਸਲੀ 70 ਡਾਲਰ ਤੋਂ ਲੈ ਕੇ 130 ਡਾਲਰ ਤੱਕ ਜੋ ਮੇਜਰ ਨੈਸ਼ਨਵਾਈਡ ਰੀਟੇਲਰਸ ਹੈਗੇ ਆ ਉਹਨਾਂ ਤੇ ਸੇਲ ਕੀਤੇ ਗਏ ਹੈਗੇ ਆ ਜਿਸ ਤਰ੍ਹਾਂ ਹੋਮ ਡਿਪੋ ਵਗੈਰਾ ਬੈਸਟ ਵਾਈ ਟਾਰਗੇਟ ਇਹਨਾਂ ਸਾਰਿਆਂ ਸਟੋਰਸ ਦੇ ਵਿੱਚ ਜੀ ਕੈਲੀਫੋਰਨੀਆ ਦੀ ਐਟਰਨੀ ਜਨਰਲ ਜਿਹੜੇ ਨੇ ਰੌਬ ਬੰਟਾ ਉਹਨਾਂ ਦੀ ਵਾਈਫ ਉਸਨੇ ਆਪਣੇ ਆਪ ਨੂੰ ਇੱਕ ਮਾਮਲੇ ਦੇ ਵਿੱਚੋਂ ਹੁਣ ਲਾਂਬੇ ਜਿਹੜਾ ਉਹ ਕਰ ਲਿਆ ਜਦ ਇਹ ਰੌਲਾ ਪੈ ਗਿਆ ਵੀ ਉਹਨਾਂ ਦੇ ਐਟਰਨੀ ਜਨਰਲ ਜਿਹੜਾ ਘਰ ਵਾਲਾ ਉਹਨਾਂ ਦਾ ਜੋ ਕਿ ਐਟਰਨੀ ਜਨਰਲ ਆ ਪ੍ਰੋਜੈਕਟ ਫੋਰਸ ਦੇ ਉਸ ਦੀ ਵਾਈਫ ਜਿਹੜੀ ਉਹ ਕਰੂਗੀ ਉਹ ਕਹਿੰਦੇ ਵੀ ਇਹ ਸਿੱਧਾ ਸ਼ਰੇਮ ਕਨਫਲਿਕਟ ਆਫ ਇੰਟਰਸਟ ਇਸ ਦੇ ਵਿੱਚ ਬਣ ਸਕਦਾ ਆ ਤੇ ਇਸ ਅਪੁਆਇੰਟਮੈਂਟ ਦੇ ਕਰਕੇ ਕਈ ਐਥੀਕਲ ਕਨਸਰਨ ਸਵਾਲ ਵੀ ਜਿਹੜੀ ਉਹ ਉੱਠੇ ਸੀਗੇ ਸੋ ਇਸ ਦੇ ਚੱਲਦੇ ਆ ਰੌਬ ਬੌਂਟਾ ਦੀ ਜਿਹੜੀ ਵਾਈਫ ਆ ਉਸ ਨੇ ਆਪਣੇ ਆਪ ਨੂੰ ਜਿਹੜੇ ਵੀ ਮੈਟਰ ਸਟੇਟ ਜਸਟਿਸ ਡਿਪਾਰਟਮੈਂਟ ਦੇ ਨਾਲ ਜੁੜੇ ਹੋਣਗੇ ਉਹਨਾਂ ਵਿੱਚੋਂ ਲਾਂਬੇ ਰੱਖ ਲਿਆ ਵੀ ਉਸ ਦੇ ਵਿੱਚ ਦਖਲ ਨਹੀਂ ਦੇਣਗੇ ਉਹਨਾਂ ਨੂੰ ਬਜਟ ਕਮੇਟੀ ਦੇ ਲੀਡ ਦੇ ਵਜੋਂ ਨਿਯੁਕਤ ਕੀਤਾ ਗਿਆ ਸੀਗਾ ਜੀ